क्या जाना किव मर गे कैसा मरना हो जेकर साहेब मनो सहला मरना हो मरने ते जगत डरे जीविया गुर प्रसादी जीवत मरे हुक्म बुझे सो तली गली मेरी आओ सिर धर तली गले मेरी आओ सिर धर तली गले मेरी आओ सिर धर तली गले मेरी आओ सिर धर तली गली महान शहीदों की याद में आप सारे जुड़ बैठे हाँ। गुरु ग्रंथ साहब सच्चे पातशाह महाराज जी के बारगाह अंदर मेरे तो पहला बहुत ही सत्कारयोग भाई साहब भाई गुरनाम सिंह जी होर ने गुरु जस साहब जी ने सरवण कराया गुरु इतिहास सरवण कराया तो आओ सारे आप जुड़ के उन्हां शहीदों को प्रणाम करिए नतमस्तक होइए ते गुरु जी दे बचना नू सारे प्यार नाल पढ़िए खेड़ी ऐसी है प्रेम दी
ਕੇ ਇਹ ਖੇਡ ਖੇਡਦਿਆਂ ਸਿਰ ਦੀ ਪਰਵਾਹ ਨਹੀਂ ਕਰੀਦੀ। ਅਤੇ ਸਤਿਗੁਰਾਂ ਨੇ ਆਖਿਆ ਗਲੀ ਮੇਰੀ ਆਓ ਸਿਰ ਧਰ ਤਲੀ, ਗਲੀ ਮੇਰੀ ਆਓ ਸਿਰ ਧਰ ਤਲੀ, ਗਲੀ ਮੇਰੀ ਜੋ ਤੋ ਪ੍ਰੇਮ ਖੇਲਣ ਕਾਚਾ, ਜੋ ਤੋ ਪ੍ਰੇਮ ਖੇਲਣ ਸਿਰ ਧਰ ਤਲੀ, ਗਲੀ ਮੇਰੀ ਆਓ ਸਿਰ ਧਰ ਤਲੀ, ਗਲੀ ਮੇਰੀ ਪਿਤ ਮਾਰਗ ਪੈਰ ਧਰੀ ਜੈ, ਪਿਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਰ ਲਗੀ ਜੈ, ਸਿਰ ਦੀ ਸਿਰ ਧਰ ਤਲੀ, ਗਲੀ ਮੇਰੀ ਜੋ ਤੋ ਪ੍ਰੇਮ ਖੇਲਣ ਕਾਚਾ, ਜੋ ਤੋ ਪ੍ਰੇਮ ਖੇਲਣ ਕਾਚਾ, ਸਿਰ ਧਰ ਤਲੀ ਗਲੀ ਤਲੀ ਗਲੀ, ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਕਰਿਓ ਨਿਸ਼ਾਨ ਖੇਤ ਜੁਮਾਨਿਓ, ਸੂਰਮਾ 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 ਮੰਡੋ,
अब तो जरे मरे सिद्ध पाइए लीनो हाथ संघोरा लीनो हाथ संघोरा। अब तो जरे मरे सिद्ध पाइए लीनो हाथ संघो डगमग छात रे छात रे डगमग छात रे डगमग छात रे छात रे छात रे डगमग छात रे छात रे मन बौरा। अब तो जरे तो जरे मरे सिद्ध पाइए तीनो हाथ संघोरा तीनो हाथ संघोरा तीनो हाथ मन रे छाड़ो भरम प्रकट होए नाचो या माया के डांटे या माया के डांटे। मन रे छाड़ो भरम प्रकट होए नाचो या माया के सूर के सम्मुख रण के डर पे सूर के सम्मुख रण के डर पे सती के साचे भाने सती के साचे भाने। उजरे
ਕਿਰਪਾ ਜੀ। ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਗੋਰਾ ਲੀਨੋ ਹਾਥ ਸਗੋਰਾ ਕਰੋ ਕਿਰਪਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਗੋਰਾ ਲੀਨੋ ਹਾਥ ਸਗੋਰਾ ਛਾਟ ਰੇ ਡਗਮਗ ਛਾਟ ਰੇ 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 ਛਾਟ ਰੇ ਮਨ ਬੋਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਗੋਰਾ ਲੀਨੋ ਹਾਥ ਸਗੋਰਾ। ਆਪਾਂ ਧਿਆਨ ਕਰੀਏ ਉਸ ਵੇਲੇ ਜਦੋਂ ਇਸ ਇਲਾਕੇ ਦੇ ਵਿੱਚ ਸਾਡੇ ਨੌਜਵਾਨ ਵੀਰ ਬਜ਼ੁਰਗ ਜਦੋਂ ਉਹ ਉਸ ਵੇਲੇ ਦਾ ਸਮਾਂ ਸੀ ਅਤੇ ਕਈਆਂ ਨੇ ਕਿਰਪਾਨਾਂ ਹੱਥ ਵਿੱਚ ਲੈ ਕੇ ਲੜਾਈਆਂ ਵੀ ਲੜੀਆਂ ਫਿਰ ਔਰ ਸਾਡੇ ਐਸੇ ਨੌਜਵਾਨ ਵੀਰ ਸਨ ਜੋ ਕਈਆਂ 'ਤੇ ਇੱਕ ਭਾਰ ਹੀ ਪੈਂਦਾ ਸੀ ਐਸਾ ਮੈਂ ਸੁਣਿਆ ਦੇਖਿਆ ਨਹੀਂ ਅਤੇ ਸੰਗਤ ਜੀ ਉਹ ਨੌਜਵਾਨ ਸਾਡੇ ਐਸੇ ਯੋਧੇ ਸਨ ਜੇ ਵਕਤ ਦੀ ਹਕੂਮਤ ਛਲ ਨਾ ਕਰਦੀ ਉਹਨਾਂ ਦੇ ਨਾਲ ਛਲ ਇਹ ਕੀਤਾ ਸੀ ਕਿ ਭਾਈ ਤੁਸੀਂ ਕਿਰਪਾਨਾ ਸਾਨੂੰ ਦੇ ਦਿਓ ਹਥਿਆਰ ਸਾਨੂੰ ਦੇ ਦਿਓ ਅਸੀਂ ਆ ਗਏ ਹਾਂ ਤੁਹਾਡੀ ਰੱਖਿਆ ਕਰਾਂਗੇ ਐਸਾ ਹੀ ਹੋਇਆ ਸੀ ਅਤੇ ਜੇ ਕਿਤੇ ਉਹ ਛਲ ਵਕਤ ਦੀ ਹਕੂਮਤ ਨਾ ਕਰਦੀ ਤਾਂ ਉਸ ਵੇਲੇ ਦਾ ਇਤਿਹਾਸ ਕੁਛ ਹੋਰ ਹੁੰਦਾ ਸਾਡੇ ਨੌਜਵਾਨ ਵੀਰਾਂ ਦੇ ਵਿੱਚ ਤਾਕਤ ਸੀ ਜਜ਼ਬਾ ਸੀ ਔਰ ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਸੀ ਸ਼ਬਦ ਦਾ ਆਸਰਾ ਸੀ ਜਿਹਦੇ ਕੋਲ ਸ਼ਬਦ ਦਾ ਆਸਰਾ ਹੋਵੇ ਫਿਰ ਗਿਣਤੀ ਦੀ ਅਹਿਮੀਅਤ ਨਹੀਂ ਹੁੰਦੀ ਕਿੰਨੀ ਵੀ ਗਿਣਤੀ ਹੋਵੇ ਅਤੇ ਸੰਗਤ ਜੀ ਵਕਤ ਦੀ ਹਕੂਮਤ ਨੇ ਉੱਥੇ ਵੀ ਛਲ ਕੀਤਾ ਕਿਰਪਾ ਨਾਲ ਲੈ ਲਈਆਂ ਕਿ ਅਸੀਂ ਆ ਗਏ ਹਾਂ ਫਿਰ ਉਹੀ ਹਥਿਆਰ ਦੇ ਕੇ ਦੂਜਿਆਂ ਨੂੰ ਭੇਜ ਦਿੱਤਾ ਜਾ ਕੇ ਜੀ ਮਾਰੋ ਅਤੇ ਮੈਂ ਧਿਆਨ ਕਰ ਰਿਹਾ ਸੀ ਕਿ ਉਸ ਵੇਲੇ ਮੇਰੇ ਵੀਰ ਬੈਠੇ ਹੋਣਗੇ ਘਰਾਂ ਵਿੱਚ ਅਤੇ ਇਹੀ ਖਿਆਲ ਹੋਣਾ ਜਿਵੇਂ ਨਾ ਕੋਈ ਇੱਕ ਯੋਧਾ ਸੂਰਵੀਰ ਕਿਸੇ ਰਣ ਮੈਦਾਨ ਵਿੱਚ ਜਾਂਦਾ ਹੈ ਜਾਣ ਦੀ ਤਿਆਰੀ ਕਰਦਾ ਹੈ ਅਤੇ ਫਿਰ ਸੰਗਤ ਜੀ ਫਿਰ ਉਹ ਮਰਨ ਤੋਂ ਨਹੀਂ ਡਰਦਾ ਉਹਦੇ ਮਨ ਵਿੱਚ ਜੋਸ਼ ਹੁੰਦਾ ਕਿ ਅੱਜ ਮੈਂ ਲੜ ਕੇ ਸ਼ਹੀਦ ਹੋ ਜਾਂਦਾ ਜਿਵੇਂ ਇੱਕ ਸਤੀ ਹੋਣ ਵਾਲੀ ਇਸਤਰੀ ਸੰਧੂਰੀਆ ਨਾਰੀਅਲ ਲੈ ਲੈਂਦੀ ਸੀ ਨਾ ਹੱਥ ਵਿੱਚ ਅਤੇ ਉਹਨੂੰ ਪਤਾ ਹੁਣ ਮੈਂ ਸਤੀ ਹੋਣਾ ਹੀ ਹੋਣਾ ਅਤੇ ਉਸ ਵੇਲੇ ਐਸਾ ਹੀ ਕੁਛ ਮਾਹੌਲ ਹੋਇਆ ਹੋਣਾ ਕਿ ਮੇਰੇ ਵੀਰ ਮੇਰੇ ਬਜ਼ੁਰਗ ਸਤਿਕਾਰਯੋਗ ਜਿਹੜੇ ਸਨ ਉਹਨਾਂ ਦੇ ਅੱਖਾਂ ਦੇ ਸਾਹਮਣੇ ਇਹ ਨਜ਼ਾਰਾ ਸੀ ਕਿ ਹੁਣ ਤਾਂ ਲੜ ਮਰ ਕੇ ਸ਼ਹੀਦੀ ਹੋ ਜਾਣਾ ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਧੂਰਾ ਅਤੇ ਉਹ ਇਹ ਅਸਥਾਨ ਹੈ ਜਿੱਥੇ ਮੇਰੇ ਮਹਾਨ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਬਜ਼ੁਰਗਾਂ ਨੇ ਨੌਜਵਾਨਾਂ ਨੇ ਬੱਚਿਆਂ ਨੇ ਅਤੇ ਇਹ ਅਸਥਾਨ ਜਦੋਂ ਇੱਥੇ ਅਸੀਂ ਆਏ ਤਾਂ ਮੈਂ ਭਾਵੁਕ ਹੋ ਗਿਆ ਕਿ ਦੇਖੋ ਐਸੇ ਜਗ੍ਹਾ 'ਤੇ ਸਾਡੇ ਵੀਰਾਂ ਨੂੰ ਸ਼ਹੀਦ ਕੀਤਾ ਗਿਆ ਨਿਹੱਥਿਆਂ 'ਤੇ ਉਹਨਾਂ ਨੇ ਵਾਰ ਕੀਤੇ ਅੱਗ ਦੇ ਨਾਲ ਹੋਰ ਕਈ ਤਰੀਕਿਆਂ ਦੇ ਨਾਲ ਅਤੇ ਸੰਗਤ ਜੀ ਬੜਾ ਇੱਕ ਇਮੋਸ਼ਨਲ ਜਿਹਾ ਫੀਲ ਹੋਇਆ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਇੱਥੇ ਹੈ ਕਿ ਆਏ ਹਾਂ ਉਹਨਾਂ ਸ਼ਹੀਦਾਂ ਨੂੰ ਮੱਥਾ ਟੇਕਣ ਨਮਸਕਾਰ ਕਰਨ ਜਿਨ੍ਹਾਂ ਨੇ ਧਰਮ ਦੇ ਪ੍ਰਤੀ ਆਪਣਾ ਬਲੀਦਾਨ ਦਿੱਤਾ ਪਰ ਧਰਮ ਤੋਂ ਨਹੀਂ ਹਟੇ ਧਰਮ 'ਤੇ ਪੂਰੇ ਰਹੇ ਅਤੇ ਉਹਨਾਂ ਨੂੰ ਅਸੀਂ ਯਾਦ ਕਰਨਾ ਹੈ ਔਰ ਵਾਕਈ ਹੀ ਐਸੇ ਨੌਜਵਾਨ ਐਸੇ ਸ਼ਹੀਦ ਜਿਹੜੇ ਧਰਮ 'ਤੇ ਕੁਰਬਾਨ ਹੁੰਦੇ ਹਨ ਉਹ ਕਦੇ ਨਹੀਂ ਮਰਦੇ ਉਹ ਕਦੇ ਨਹੀਂ ਮਰਦੇ ਅਤੇ ਸਤਿਸੰਗ ਜੀ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ ਉਹਨਾਂ ਨੂੰ ਨਤਮਸਤਕ
ਅਸੀਂ ਹੁੰਦੇ ਰਹਾਂਗੇ। ਤੋ ਆਓ ਸਾਰੇ ਪੜ ਰਲ ਕੇ ਆਪਾਂ ਪੜ੍ਹੀਏ ਜੀ। ਨਾਨਕ ਅਵਰ ਨਾ ਜੀਵੇ ਕੋਏ, ਜਿਨ੍ਹਾਂ ਦੇ ਮਨ ਵਿੱਚ ਉਹ ਮਾਲਕ ਵਸਿਆ ਨਾ ਉਹ ਜੀਵਦੇ ਨੇ, ਉਹ ਜੀਵਦੇ ਹੀ ਰਹਿਣਗੇ। ਅਤੇ ਜਿਨ੍ਹਾਂ ਦੇ ਅੰਦਰ ਛਲ ਕਪਟ ਉਹ ਮਰ ਗਏ ਅਤੇ ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈਣਾ। ਜਿਨ੍ਹਾਂ ਨੇ ਕਈ ਭੜਕਾਊ ਬਿਆਨ ਵੀ ਦਿੱਤੇ ਉਹਨਾਂ ਨੂੰ ਕੋਈ ਥੋੜ੍ਹੀ ਯਾਦ ਕਰੇਗਾ। ਯਾਦ ਕਰਦੇ ਹਾਂ ਵੀ ਅੰਦਰੋਂ ਕੈਸੇ ਬਚਨ ਆਉਣਗੇ, ਪਰ ਜਿਹੜੇ ਕੁਰਬਾਨ ਹੋ ਗਏ ਧਰਮ ਤੋਂ ਉਹ ਕਦੇ ਨਹੀਂ ਮਰਨਗੇ, ਉਹਨਾਂ ਦੇ ਅੱਗੇ ਤਾਂ ਸਿਰ ਚੁੱਕੇਗਾ। ਅਤੇ ਸਾਹਿਬਾਂ ਨੇ ਬਚਨ ਆਖਿਆ ਉਹੀ ਜੀਵਦੇ ਹਨ, ਨਾਨਕ ਅਵਰ ਨਾ ਜੀਵੈ ਕੋਈ, ਦੂਜਾ ਨਹੀਂ ਕੋਈ ਜੀਵਦਾ। ਨਾਨਕ ਅਵਰ ਨਾ ਜੀਵੈ ਕੋਏ, ਸੋ ਜੀਵਿਆ ਸੋ ਜੀਵਿਆ, ਜਿਸ ਮਨ ਵਸਿਆ ਸੋਏ, ਜਿਸ ਮਨ ਵਸਿਆ ਸੋਏ, ਸੋ ਸੋਏ, ਜਿਸ ਮਨ ਵਸਿਆ ਸੋਏ।
ਇਹ ਸਤਿਗੁਰੂ ਜੀ ਦੇ ਬਚਨ ਜਿਹੜੇ ਨੇ ਨਾ ਆਖਿਆ ਕਿ ਜੇ ਜੀਵੇ ਪਤ ਲੱਥੀ ਜਾਏ ਜਿਸ ਜੀਵਦਿਆਂ ਪਤ ਉਤਰ ਜਾਏ ਉਹ ਜੀਵਣਾ ਕਿਸੇ ਕੰਮ ਦਾ ਨਹੀਂ ਸਭ ਹਰਾਮ ਜੇ ਤਾਂ ਕੁਛ ਖਾਏ ਉਹਦਾ ਖਾਣਾ ਹਰਾਮ ਪਹਿਨਣਾ ਅੱਗੇ ਆਪ ਜੀ ਸਰਵਣ ਕਰਨਾ ਰਾਜ ਰੰਗ ਮਾਲ ਰੰਗ ਰਾਜ ਰੰਗ ਰਾਜ ਦਾ ਰੰਗ ਰਾਜ ਦਾ ਨਸ਼ਾ ਜਿਹਨੂੰ ਚੜਿਆ ਹੋਵੇ ਨਾ ਮਾਲ ਦਾ ਨਸ਼ਾ ਜਿਹਨੂੰ ਚੜਿਆ ਹੋਵੇ ਨਾ ਫਿਰ ਰੰਗ ਰੱਤਾ ਉਹਦੇ ਮਦ ਵਿੱਚ ਉਹਦੇ ਨਸ਼ੇ ਵਿੱਚ ਨੱਚੇ ਨੰਗ ਨੱਚੇ ਨੰਗ ਦਾ ਭਾਵ ਹੈ ਕਿ ਉਹ ਐਸਾ ਬੇਸ਼ਰਮ ਹੋ ਜਾਂਦਾ ਹੈ ਰਾਜ ਦੇ ਨਸ਼ੇ ਵਿੱਚ ਇਹ ਬੜੇ ਕੀਮਤੀ ਸ਼ਬਦ ਨੇ ਮੇਰੇ ਸਤਿਗੁਰੂ ਜੀ ਦੇ
ਕਿ ਰਾਜ ਦਾ ਨਸ਼ਾ, ਮਾਲ ਦਾ ਨਸ਼ਾ, ਫਿਰ ਉਹ ਬੇਸ਼ਰਮ ਨੱਚੇ ਨੰਗਾ, ਆਪਾਂ ਕਹਿ ਦਿੰਦੇ ਇਹਨੂੰ ਤਾਂ ਸ਼ਰਮ ਹੀ ਨਹੀਂ। ਅਤੇ ਉਸ ਵੇਲੇ ਐਸਾ ਹੀ ਸੀ, ਰਾਜ ਦੇ ਨਸ਼ੇ ਵਿੱਚ, ਮਾਲ ਦੇ ਨਸ਼ੇ ਵਿੱਚ ਵਕਤ ਦੀ ਹਕੂਮਤ ਜਿਹੜੀ ਨੱਚੇ ਨੰਗ ਬੇਸ਼ਰਮ ਹੋ ਗਈ ਸੀ। ਇਹ ਵੀ ਨਹੀਂ ਦੇਖਿਆ ਕਿ ਗਰੀਬਾਂ 'ਤੇ, ਮਜ਼ਲੂਮਾਂ 'ਤੇ, ਨਿਰਥਿਆਂ 'ਤੇ ਉਹਨਾਂ 'ਤੇ ਵਾਰ ਕਰਾਉਣੇ, ਉਹਨਾਂ ਨੂੰ ਸ਼ਹੀਦ ਕਰਨਾ, ਉਹਨਾਂ ਨੂੰ ਮਾਰਨਾ, ਇਹ ਹਕੂਮਤ ਦਾ ਹੀ ਨਸ਼ਾ ਸੀ, ਇਹ ਮਾਲ ਦਾ ਹੀ ਨਸ਼ਾ ਸੀ। ਅਤੇ ਸਤਿਗੁਰੂ ਜੀ ਨੇ ਪਤਾ ਬਚਨ ਅੱਗੇ ਆਖੇ ਕਿ ਉਹ ਬੇਸ਼ਰਮੀ ਦਾ ਜਿਹੜਾ ਨੱਚਣਾ ਹੈ ਨਾ, ਫਿਰ ਉਹ ਜਦੋਂ ਸੰਸਾਰ ਤੋਂ ਜਾਂਦੇ ਨੇ ਨਾ, ਬਿਨ ਨਾਮੇ ਪਤ ਗਿਆ ਗਵਾਏ, ਇੱਜ਼ਤ ਪਤ ਗਵਾ ਕੇ ਹੀ ਜਾਂਦੇ ਨੇ ਸੰਸਾਰ। ਆਪ ਜੀ ਧਿਆਨ ਕਰਨਾ, ਜਿਨ੍ਹਾਂ ਨੇ ਉਸ ਵੇਲੇ ਇਹ ਮਾਹੌਲ ਬਣਾਇਆ ਸੀ, ਸੰਸਾਰ ਤੋਂ ਗਏ ਤਾਂ ਬੇਪੱਤੇ ਗਏ ਨਾ, ਇੱਜ਼ਤ ਨਹੀਂ ਹੁਣ ਮਿਲੀ, ਉਹ ਬੇਇੱਜ਼ਤੇ ਹੀ ਗਏ ਸੰਸਾਰ। ਬਿਨ ਨਾਮੇ ਪਤ ਗਿਆ ਗਵਾਏ, ਇੱਜ਼ਤ ਗਵਾ ਕੇ ਗਏ, ਅਤੇ ਕੈਸਾ ਹਾਲ ਉਹਨਾਂ ਦਾ ਹੋਇਆ ਆਪ ਸਾਰੇ ਜਾਣਦੇ। ਤੋ ਸੰਗਤ ਜੀ, ਉਹ ਸ਼ਹੀਦ ਜਿਹੜੇ ਧਰਮ ਦੇ ਨਾਮ 'ਤੇ ਸ਼ਹੀਦ ਹੋ ਗਏ, ਉਹ ਕਦੇ ਨਹੀਂ ਮਰਨਗੇ, ਮਰਨਗੇ ਤਾਂ ਐਸੇ ਮਰਨਗੇ ਜਿਹੜੇ ਅੱਗ ਲਾਉਣ ਵਾਲੇ, ਜਿਹੜੇ ਭੜਕਾਉਣ ਵਾਲੇ, ਐਸੇ ਬਿਆਨ ਦੇਣ ਵਾਲੇ, ਉਹ ਮਰ ਵੀ ਗਏ ਤਾਂ ਉਹਨਾਂ ਦਾ ਕੋਈ ਨਾਂ ਤਾਂ ਨਾਮ ਲਏਗਾ, ਨਾ ਇੱਜ਼ਤ ਨਾਲ ਲਏਗਾ, ਉਹ ਤਾਂ ਇੱਜ਼ਤ ਪਤ ਗਵਾ ਕੇ ਹੀ ਸੰਸਾਰ ਤੋਂ। ਅਤੇ ਮੇਰੇ ਸਤਿਗੁਰੂ ਜੀ ਨੇ ਆਖਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਮਨ ਵਿੱਚ ਰੱਬ ਵਸਿਆ ਹੈ, ਰੱਬ ਦਾ ਭਾਉ ਹੈ, ਸ਼ਬਦ ਹੈ, ਉਹ ਹੀ ਜੀਵਦਾ। ਇੱਕ ਸ਼ਬਦ ਹੋਰ ਆਪਾਂ ਪੜ੍ਹਦੇ ਹਾਂ ਸਾਰੇ ਜੀ, ਜਿਹੜਾ ਸ਼ਬਦ ਆਪ ਜੀ ਜਿਸ ਸ਼ਬਦ ਰਾਹੀਂ ਦਾਸ ਨੂੰ ਅਸੀਸ ਬਖਸ਼ਦੇ ਹੋ, ਜਿਉਂ ਜਿਉਂ ਰੱਖੇ ਤਿਉਂ ਤਿਉਂ ਰਹਿਣਾ, ਤੇਰਾ ਦੀਆ ਖਾਏ, ਉਹਦੇ ਰਜ਼ਾ ਵਿੱਚ ਅਸੀਂ ਰਾਜ਼ੀ ਰਹਿਣਾ। ਸਾਡੇ ਸਾਨੂੰ ਗੁਰੂ ਨੇ ਹੀ ਸਿਖਾਇਆ ਭਾਈ, ਰਾਜ਼ੀ ਹੋਏ ਰਜ਼ਾਏ ਵਿੱਚ, ਹੋਵਨ ਹਾਰ ਸੋਈ ਪਰਵਾਨਾ, ਜੋ ਉਹਦਾ ਹੁਕਮ ਹੈ, ਉਹਦਾ ਭਾਣਾ ਵਰਦਾ ਹੈ, ਉਹਨੂੰ ਪ੍ਰਵਾਨ ਕਰਨਾ ਸੀ, ਅਤੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਜਿਉਂ ਜਿਉਂ ਰੱਖੇ ਤਿਉਂ ਤਿਉਂ ਰਹਿਣਾ, ਤੇਰਾ ਦੀਆ ਖਾਏ, ਤੇਰਾ ਦਿੱਤਾ ਅਸੀਂ ਖਾਂਦੇ ਆਏ। ਪ੍ਰਭੂ ਸਾਰੇ ਰਲ ਕੇ ਆਪਾਂ ਹਾਜ਼ਰੀਆਂ ਲਵਾਈਏ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਤਨ ਧਨ ਤੇਰਾ, ਦੇਖੋ ਇੱਥੇ ਵੀ ਬਚਨ ਆਉਂਦੇ ਨੇ, ਜਿਨ੍ਹਾਂ ਨੇ ਇਹ ਜਾਣਿਆ ਕਿ ਤਨ ਵੀ ਤੇਰਾ, ਧਨ ਵੀ ਤੇਰਾ, ਅਤੇ ਫਿਰ ਜਦੋਂ ਲੋੜ ਪਵੇ ਕੌਮ ਨੂੰ ਧਰਮ ਦੇ ਨਾਮ 'ਤੇ, ਉਹ ਫਿਰ ਤਨ ਵਾਰਨ ਤੋਂ ਵੀ ਪਿੱਛੇ ਨਹੀਂ ਹਟ, ਤਨ ਵੀ ਉਹਦਾ ਹੀ ਹੈ ਨਾ, ਧਨ ਵੀ ਉਹਦਾ। ਹਮਰੇ ਬਸ ਕਿਛ ਨਾਹੇ, ਸਾਡੇ ਬਸ ਕੁਛ ਨਹੀਂ, ਜਿਉਂ ਜਿਉਂ ਰੱਖਿਆ ਤਿਉਂ ਤਿਉਂ ਰਹਿਣਾ, ਜਿਵੇਂ ਤੂੰ ਰੱਖਦਾ ਹੈ ਨਾ ਮੇਰੇ ਮਾਲਕਾ, ਉਵੇਂ ਅਸੀਂ ਰਹਿਣਾ। ਗੁਰੂ ਦਾ ਸਿੱਖ ਭਾਵੇਂ ਜੰਗਲਾਂ ਵਿੱਚ ਰਿਹਾ, ਔਕੜ ਦੇ ਸਮੇਂ, ਬਿਪਤਾ ਦੇ ਸਮੇਂ ਲੜਾਈਆਂ ਲੜੀਆਂ, ਇੱਕ ਇੱਕ ਮੁੱਠ ਛੋਲੇ ਖਾ ਕੇ ਵੀ ਗੁਜ਼ਾਰਾ ਕੀਤਾ, ਪਰ ਉਹਦੇ ਭਾਂਡੇ ਵਿੱਚ ਰਹੇ, ਜਿਉਂ ਜਿਉਂ ਰੱਖੇ ਤਿਉਂ ਤਿਉਂ ਰਹਿਣਾ। ਭਾਵੇਂ ਜੰਗਲਾਂ ਵਿੱਚ ਰੱਖਦਾ ਹੈ, ਭਾਵੇਂ ਔਕੜ ਦਾ ਸਮਾਂ ਆਉਂਦਾ ਹੈ, ਬਿਪਤਾ ਦਾ ਸਮਾਂ ਆਉਂਦਾ ਹੈ, ਪਰ ਗੁਰੂ ਦਾ ਸਿੱਖ, ਦੇਖੋ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਜਿਨ੍ਹਾਂ ਨੇ ਸਵਾ ਸਵਾ ਮਣ ਚੱਕੀ ਪੀਸੀ, ਪੀਸਣ ਪੀਸੇ, ਬੱਚਿਆਂ ਦੇ ਆਂਦਰਾਂ ਦੇ ਹਾਰ ਗਲ ਵਿੱਚ ਪਵਾਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨੇ, ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ, ਉਹਨਾਂ ਦਾ ਧਿਆਨ ਧਰਕੇ ਅਸੀਂ ਆਖਣਾ ਹੈ, ਪ੍ਰਭੂ ਜਿਉਂ ਜਿਉਂ ਰੱਖੇ ਤਿਵੇਂ ਅਸੀਂ ਕਰੋ ਕਿਰਪਾ ਜੀ। ਜਿਉਂ ਜਿਉਂ ਰੱਖੇ ਤਿਉਂ ਤਿਉਂ ਰਹਿਣਾ, ਜਿਉਂ ਜਿਉਂ ਰੱਖੇ ਤਿਉਂ ਤਿਉਂ ਰਹਿਣਾ, ਤੇਰਾ ਦੀਆ ਖਾਏ, ਤੇਰਾ ਦੀਆ ਖਾਏ, ਤੇਰਾ ਦੀਆ ਖਾਏ, ਕਰੋ ਕਰਾਵਾਂ ਥਾਂ ਕੁਲ, ਉਦਮ ਕਰੋ
तेरा
ਸਤਿਗੁਰੂ ਜੀ ਕਿਰਪਾ ਕਰਨ, ਸਾਹਿਬਾਂ ਦਾ ਪਵਿੱਤਰ ਉਪਦੇਸ਼, ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏ ਔਰ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਅਸੀਂ ਯਾਦ ਰੱਖੀਏ ਕਿ ਜਿਨ੍ਹਾਂ ਨੇ ਧਰਮ ਦੇ ਖਾਤਰ ਸੱਚ 'ਤੇ ਆਪਣੀ ਸ਼ਹਾਦਤ ਦਿੱਤੀ। ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਸ਼ਹੀਦ ਜੀ ਜੋ ਮੌਤ ਹੁੰਦੀ ਹੈ ਨਾ, ਕੌਮ ਨੂੰ ਹਯਾਤੀ ਦਿੰਦੀ। ਹਯਾਤੀ ਦਾ ਅਰਥ ਹੈ ਜ਼ਿੰਦਗੀ। ਸਾਨੂੰ ਜ਼ਿੰਦਗੀ ਤਾਂ ਮਿਲੀ ਹੈ ਜੇ ਸ਼ਹੀਦਾਂ ਨੇ ਸ਼ਹੀਦੀ ਦਿੱਤੀ ਹੈ, ਅਤੇ ਉਹਨਾਂ ਨੂੰ ਕਦੇ ਨਾ ਭੁਲਾਈਏ, ਹਮੇਸ਼ਾ ਯਾਦ ਰੱਖੀਏ। ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ, ਸਭਨਾਂ ਦੀ ਹਾਜ਼ਰੀ ਸਤਿਗੁਰੂ ਜੀ ਲੇਖੇ ਵਿੱਚ ਲਗਾ ਲੈਣ ਔਰ ਸਭਨਾਂ ਨੂੰ ਆਪਸ ਵਿੱਚ ਪਿਆਰ ਬਖਸ਼ਣ, ਗੁਰਮਤ ਦਾ ਦਾਨ ਬਖਸ਼ਣ। ਅਸੀਂ ਗੁਰਮਤ 'ਤੇ ਚੱਲੀਏ, ਬੱਚਿਆਂ ਨੂੰ ਵੀ ਗੁਰੂ ਸ਼ਬਦ ਨਾਲ ਜੋੜੀਏ, ਇਤਿਹਾਸ ਨਾਲ ਜੋੜੀਏ, ਤਾਂ ਜੋ ਇਹ ਸਾਡੀ ਜੋ ਪਨੀਰੀ ਹੈ, ਇਹ ਸਾਡਾ ਭਵਿੱਖ ਹੈ, ਇਹ ਗੁਰੂ ਦੀ ਬਾਣੀ ਨਾਲ ਜੁੜੀ ਰਹੇ। ਤੋ ਸਾਰਿਆਂ ਦਾ ਆਪ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਨਾਚੀ ਸੇਵਕਾਂ ਨੂੰ ਆਪ ਜੀ ਨੇ ਯਾਦ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ, ਪ੍ਰਧਾਨ ਸਾਹਿਬ, ਮੁਖੀ ਸਾਹਿਬ, ਸਕੱਤਰ ਸਾਹਿਬ, ਸਮੂਹ ਕਮੇਟੀ ਦਾ, ਤਿਲਕ ਬਿਹਾਰ ਦੀ ਕਮੇਟੀ ਦਾ ਧੰਨਵਾਦ ਹੈ ਜੋ
ਦਾਸ ਨੂੰ ਪਿਆਰ ਬਖਸ਼ਦੇ ਹੋ, ਆਪ ਜੀ ਅਸੀਸ ਬਖਸ਼ਦੇ ਹੋ। ਅਰਦਾਸ ਵੀ ਕਰਿਆ ਕਰੋ ਕਿ ਸਤਿਗੁਰੂ ਜੀ ਆਪਣੇ ਸ਼ਬਦ ਦੀ ਸੇਵਾ, ਕੀਰਤਨ ਦੀ ਸੇਵਾ ਲੈਂਦੇ ਰਹਿਣ, ਪਿਆਰ ਦੇ ਨਾਲ ਤਨੋ ਮਨੋ ਲੈਂਦੇ ਰਹਿਣ, ਕੇਵਲ ਫਾਰਮੈਲਿਟੀ ਨਾ ਹੋਵੇ, ਦਿਲੋਂ ਅਸੀਂ ਇਹ ਸੇਵਾ ਕਰੀਏ, ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ। ਆਓ ਸਾਰੇ ਰਲ ਕੇ ਆਪਾਂ ਆਨੰਦ ਸਾਹਿਬ ਦਾ ਕੀਰਤਨ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਨਕ ਤੇ ਮੁਖ ਉਜਲੇ ਛੁੱਟੀ ਨਾਲ ਹੋਇਆ ਭੁੱਲਾਂ ਦੀ ਖਿਮਾ ਜੀ ਪਿਆਰ ਸਹਿਤ ਅਸੀਸ ਬਖਸ਼ੋ ਗੁਰੂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ